ਤਸਵੀਰਾਂ 'ਚ ਜਿਸ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਨੂੰ ਤੁਸੀਂ ਵੇਖ ਰਹੇ ਹੋ, ਇਸ ਵਿੱਚ ਸਵਾਰ ਹੋ ਕੇ ਜਦੋਂ ਤਲਵੰਡੀ ਭਾਈ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਤੇ ਉਸਦਾ 3 ਸਾਲਾ ਬੇਟਾ ਫਤਿਹ ਸਿੰਘ ਪਿੰਡ ਸੇਖਵਾਂ ਵਾਸੀ ਆਪਣੇ ਦੋਸਤ ਦੇ ਵਿਆਹ ਵਿੱਚ ਨਿਕਲੇ ਹੋਣਗੇ ਤਾਂ ਉਹਨਾਂ ਦੇ ਚਿੱਤ ਚੇਤੇ ਵੀ ਨਹੀਂ ਹੋਵੇਗਾ ਕਿ ਕੁਝ ਘੰਟਿਆਂ ਬਾਅਦ ਹੀ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਕਦੇ ਵੀ ਘਰ ਨਹੀਂ ਪਰਤਣਗੇ। ਜੀ ਹਾਂ, ਇਹ ਬਿਲਕੁਲ ਸੱਚ ਹੈ ਤੇ ਇਹ ਬੇਹੱਦ ਦਰਦਨਾਕ ਤੇ ਕੌੜਾ ਸੱਚ ਕੈਦ ਹੋਇਆ ਇਹਨਾਂ CCTV ਤਸਵੀਰਾਂ ਵਿੱਚ, ਜਿਸ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਉਹ ਤੂੜੀ ਨਾਲ ਭਰੇ ਇੱਕ ਅਜਿਹੇ ਟਰੱਕ ਨੂੰ ਜਿਸ ਨੂੰ ਡਰਾਈਵਰ ਸੜਕ ਤੇ ਹੀ ਰੋਕ ਕੇ ਉਸ ਵਿੱਚੋਂ ਤੂੜੀ ਦੀ ਪੰਡ ਭਰਨ ਉਪਰੰਤ ਕਿਸੇ ਹੋਰ ਥਾਂ ਭੇਜ ਦਿੰਦਾ ਤੇ ਉਹ ਸਾਰੇ ਲੋਕ ਜਿਉਂ ਹੀ ਉਸ ਜਗ੍ਹਾ ਤੋਂ ਹਟਦੇ ਨੇ ਜਿੱਥੇ ਉਹ ਖੜ ਕੇ ਟਰੱਕ ਵਿੱਚੋਂ ਤੂੜੀ ਦੀ ਪੰਡ ਕੱਢਦੇ ਨੇ ਤਾਂ ਇੱਕ ਚਿੱਟੇ ਰੰਗ ਦੀ ਕਾਰ ਬੜੀ ਤੇਜ਼ੀ ਨਾਲ ਸੜਕ ਤੇ ਟੇਢੀ ਹੁੰਦੀ ਤਿਲਕਦੀ ਹੋਈ ਉਸ ਟਰੱਕ ਦੇ ਪਿਛਲੇ ਪਾਸੇ ਜਾ ਵੜਦੀ ਹੈ ਜਿੱਥੋਂ ਉਹ ਲੋਕ ਪਿੱਛੇ ਹਟੇ ਹੁੰਦੇ ਨੇ ਤੇ ਇਹ ਕਾਰ ਸੀ ਸੁਰਿੰਦਰ ਸਿੰਘ ਦੀ, ਜਿਸ ਵਿੱਚ ਉਹ ਬਰਾਤ ਤੋਂ ਪਰਤਣ ਲੱਗਿਆਂ ਆਪਣੇ ਬੇਟੇ ਫਤਿਹ ਸਿੰਘ ਅਤੇ ਉਸਦੇ ਦੋਸਤ ਅਰਸ਼ਦੀਪ ਸਿੰਘ ਨੂੰ ਲੈ ਕੇ ਘਰ ਜਾ ਰਿਹਾ ਸੀ। ਫਿਰ ਕੀ ਬਣਿਆ ਇਸ ਹਾਦਸੇ ਵਿੱਚ, ਇਹ ਦੱਸਦੇ ਹਾਂ ਅੱਗੇ। ਪਹਿਲਾਂ ਤੁਸੀਂ ਵੀ ਦੇਖੋ ਇਹ CCTV ਤਸਵੀਰਾਂ। ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਜੇਕਰ ਟਰੱਕ ਦੇ ਪਿੱਛੋਂ ਤੂੜੀ ਦੀ ਪੰਡ ਭਰ ਕੇ ਬਾਹਰ ਕੱਢਣ ਵਾਲੇ ਲੋਕ 1 ਮਿੰਟ ਪਹਿਲਾਂ ਹੀ ਉੱਥੋਂ ਪਾਸੇ ਨਾ ਹਟੇ ਹੁੰਦੇ। ਉਹ ਲੋਕ ਬੇਹੱਦ ਖੁਸ਼ਕਿਸਮਤ ਸਨ ਕਿਉਂਕਿ ਉਹਨਾਂ ਦੀ ਜਾਨ ਨੂੰ ਬਚ ਗਈ, ਪਰ ਕਾਰ ਸਵਾਰ ਸੁਰਿੰਦਰ ਸਿੰਘ ਤੇ ਉਸਦੇ ਪੁੱਤਰ ਫਤਿਹ ਸਿੰਘ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਤੇ ਮੌਤ ਨੇ ਉਹਨਾਂ ਨੂੰ ਆਪਣੀ ਬੁੱਕਲ ਵਿੱਚ ਲੁਕੋ ਲਿਆ। ਇਸ ਹਾਦਸੇ ਵਿੱਚ ਸੁਰਿੰਦਰ ਸਿੰਘ ਦਾ ਦੋਸਤ ਅਰਸ਼ਦੀਪ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋਇਆ ਜਿਸ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਾਂਜੀ, ਰਾਤੀ ਸਿਵਲ ਹਸਪਤਾਲ ਜ਼ੀਰਾ ਵਿਖੇ ਇੱਕ ਐਕਸੀਡੈਂਟ ਕੇਸ ਆਇਆ ਸੀ। ਉਹਦੇ ਵਿੱਚ ਇੱਕ 5 ਸਾਲ ਦਾ ਬੱਚਾ ਸੀ ਤੇ ਇੱਕ ਅਡਲਟ ਮੇਲ ਸੀ ਤੇ ਉਹਨਾਂ ਦੀ ਡੈਡ ਬੋਡੀ ਸਾਡੇ ਕੋਲ ਮੌਚਰੀ ਦੇ ਵਿੱਚ ਆ ਗਈਆਂ ਨੇ ਤੇ ਪੋਸਟਮਾਰਟਮ ਦੀ ਕਾਰਵਾਈ ਚੱਲ ਰਹੀ ਹੈ। ਅਸੀਂ ਲੋਕ ਸੜਕਾਂ ਤੇ ਲਿਖਿਆ ਪੜ੍ਹ ਤਾਂ ਲੈਂਦੇ ਹਾਂ ਕਿ ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ, ਪਰ ਅਮਲ ਕੋਈ ਨਹੀਂ ਕਰਦਾ ਕਿਉਂਕਿ ਸੜਕ ਤੇ ਗੱਡੀ ਪਾਉਂਦਿਆਂ ਹੀ ਧਿਆਨ ਛੇਤੀ ਆਪਣੇ ਮੁਕਾਮ ਤੇ ਪਹੁੰਚਣ ਵੱਲ ਹੋ ਤੁਰਦਾ ਤੇ ਇਸੇ ਲੋਰ ਵਿੱਚ ਗੱਡੀ ਦੀ ਸਪੀਡ ਤੇਜ਼ ਅਤੇ ਹੋਰ ਤੇਜ਼ ਹੁੰਦੀ ਜਾਂਦੀ ਹੈ ਜਿਸ ਦਾ ਨਤੀਜਾ ਸੁਰਿੰਦਰ ਸਿੰਘ ਦੀ ਗੱਡੀ ਨਾਲ ਹੋਏ ਹਾਦਸੇ ਨੂੰ ਵੇਖ ਕੇ ਸਹਿਜੇ ਹੀ ਕੱਢਿਆ ਜਾ ਸਕਦਾ ਹੈ। ਲੋੜ ਹੈ ਰਫ਼ਤਾਰ ਦੀ ਦੁਨੀਆ 'ਚੋਂ ਨਿਕਲ ਕੇ ਪਿਆਰ ਦੀ ਦੁਨੀਆ ਵੱਲ ਧਿਆਨ ਮਾਰਨ ਦੀ, ਕਿਉਂਕਿ ਰਫ਼ਤਾਰ ਸਾਡੇ ਉਹਨਾਂ ਲੋਕਾਂ ਤੋਂ ਉਹਨਾਂ ਦੇ ਪਿਆਰੇ ਖੋਹ ਲੈਂਦੀ ਹੈ ਜਿਨ੍ਹਾਂ ਲਈ ਸ਼ਾਇਦ ਉਹਨਾਂ ਪਿਆਰਿਆਂ ਤੋਂ ਇਲਾਵਾ ਦੁਨੀਆ 'ਤੇ ਹੋਰ ਕੋਈ ਵੀ ਨਹੀਂ ਬਚਦਾ। ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਰਤਨ ਲਾਲ ਦੀ ਰਿਪੋਰਟ।